ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ। ਪੰਜਾਬ ਦੇ ਵਿੱਚ ਹੁਣ ਮਾਨਸੂਨ ਦਸਤਕ ਦੇਣ ਵਾਲਾ ਹੈ ਅਤੇ ਅੱਗੇ ਜੇਕਰ ਪਿਛੋਕੜ ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਦੇ ਵਿੱਚ ਦੇਖਣ ਨੂੰ ਆਇਆ ਕਿ ਹੜ੍ਹਾ ਜਿਹੀ ਸਥਿਤੀ ਬਣ ਜਾਂਦੀ ਹੈ ਅਤੇ ਕਈ ਤਰੀਕੇ ਦੀਆਂ ਬਿਮਾਰੀਆਂ ਲੱਗਣੀਆਂ ਲੱਗ ਜਾਂਦੀਆਂ ਨੇ, ਚਾਹੇ ਉਹ ਡੇਂਗੂ ਹੋਵੇ ਜਾਂ ਫਿਰ ਕਈ ਹੋਰ ਤਰੀਕੇ ਦੀਆਂ ਬਿਮਾਰੀਆਂ, ਜਿਸ ਨੂੰ ਲੈ ਕੇ ਹੁਣ ਸਰਕਾਰ ਪੂਰੀ ਤਰੀਕੇ ਦੇ ਨਾਲ ਮੁਸ਼ਤੈਦ ਹੈ। ਜਿੱਥੇ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਦੇ ਲਈ ਪਹਿਲਾਂ ਪ੍ਰਸ਼ਾਸਨ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਉੱਥੇ ਹੀ ਹੁਣ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਵੀ ਲਗਾਤਾਰ ਹਸਪਤਾਲਾਂ ਦਾ ਜਾਇਜ਼ਾ ਕਰ ਰਹੇ ਨੇ। ਇਸੇ ਕੜੀ ਤਹਿਤ ਉਹ ਰੋਪੜ ਦੇ ਸਰਕਾਰੀ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਜਾਇਜ਼ਾ ਕੀਤਾ ਗਿਆ ਅਤੇ ਦਵਾਈਆਂ ਦੇ ਸਟੋਕ ਤੱਕ ਚੈੱਕ ਕੀਤੇ ਗਏ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਮੈਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸਰਕਾਰੀ ਹਸਪਤਾਲਾਂ ਦਾ ਜਾਇਜ਼ਾ ਲੈ ਰਹੇ ਹਾਂ ਅਤੇ ਜਿੱਥੇ ਕਿਤੇ ਵੀ ਕਿਸੇ ਵੀ ਚੀਜ਼ ਦੀ ਕਮੀ ਹੈ ਉਸ ਨੂੰ ਤੁਰੰਤ ਸੁਧਾਰਿਆ ਜਾਵੇਗਾ। ਕੱਲ੍ਹ ਨੂੰ ਇੰਟਰਨੈਸ਼ਨਲ ਯੋਗਾ ਡੇ ਹੈ, ਅਸੀਂ ਸਾਰੇ ਡਿਸਟ੍ਰਿਕਟ ਲੈਵਲ ਦੇ ਉੱਤੇ ਔਰ ਪੰਜਾਬ ਦੇ ਵਿੱਚ ਤਕਰੀਬਨ 50,000 ਤੋਂ ਜ਼ਿਆਦਾ ਲੋਕ ਆਲਰੇਡੀ ਜਿਹੜੀ ਸੀ ਐੱਮ ਦੀ ਯੋਗਸ਼ਾਲਾ ਹੈਗੀ ਉਹਦੇ ਵਿੱਚ ਯੋਗਾ ਕਰਦੇ ਆ ਔਰ ਮੈਂ ਵੀ ਰੈਗੂਲਰਲੀ ਕਰਦਾ। ਬਹੁਤ ਅੱਛੀ ਇੱਕ ਜਿਹੜੀ ਆਪਣੇ ਤੁਸੀਂ ਕਹਿ ਲਓ ਵੀ ਇੰਡੀਅਨ ਸਾਇੰਸ ਹੈ, ਇਹਨੂੰ ਆਪਾਂ ਛੱਡ ਚੁੱਕੇ ਹਾਂ। ਇਹਦੇ ਨਾਲ ਫਿਜ਼ੀਕਲ ਜਿਹੜੀ ਹੈਗੀ ਆ ਤੁਹਾਡੇ ਮਤਲਬ ਮੈਂਟਲ ਵੈਲਬੀਇੰਗ ਵਾਸਤੇ ਬਹੁਤ ਜ਼ਰੂਰੀ ਹੈ, ਇਹ ਦੋਨਾਂ ਵਾਸਤੇ ਬਹੁਤ ਜ਼ਰੂਰੀ ਹੈ। ਸੋ ਇਹ ਜਿਹੜੇ ਸਾਡੇ ਜਿਹੜੇ ਮਤਲਬ ਦਿਸ ਇਜ਼ ਡਰੱਗ ਡੀ ਐਡਿਕਸ਼ਨ ਸੈਂਟਰ ਜਿੱਥੇ ਅਸੀਂ ਪੇਸ਼ੈਂਟ ਨੂੰ ਜਦੋਂ ਕੋਈ ਆਉਂਦਾ, ਕੋਈ ਚਿੱਟਾ ਲਾਉਂਦਾ, ਕੋਈ ਨਸ਼ਾ, ਕਈ ਵੀ ਸ਼ਰਾਬ ਵਾਲੇ ਵੀ ਆਉਂਦੇ ਆ, ਦੂਜੇ ਨਸ਼ਾ ਕਰਦਾ ਜਿਹਦਾ ਆਪਣੇ ਆਪ 'ਤੇ ਕੋਈ ਕੰਟਰੋਲ ਨਹੀਂ ਹੈ, ਵਾਇਲੈਂਟ ਹੁੰਦਾ ਜਾਂ ਕੁਛ ਹੁੰਦਾ, ਉਹਨਾਂ ਦਾ ਪਹਿਲਾਂ ਉਹਨਾਂ ਦੀ ਡੀ ਐਡਿਕਸ਼ਨ ਕਰਦੇ ਆ, ਫਿਰ ਉਹਨਾਂ ਦੀ ਰੀਹੈਬਲੀਟੇਸ਼ਨ ਕਰਦੇ ਆ। ਸੋ ਉਹ ਸਾਰਾ ਅਸੀਂ ਉਹਦੇ 'ਚ ਜਿਹੜਾ ਉਹਦਾ ਇੱਕ ਪਾਰਟ ਹੈ ਕਿ ਉਹਨਾਂ ਦੇ ਵਿੱਚ ਉਹਨਾਂ ਨੂੰ ਮੈਡੀਟੇਸ਼ਨ ਕਰਾਈ ਜਾਵੇ, ਯੋਗਾ ਕਰਾਇਆ ਜਾਵੇ, ਕੌਂਸਲਿੰਗ ਕੀਤੀ ਜਾਵੇ, ਫੈਮਿਲੀ ਕੌਂਸਲਿੰਗ ਬਹੁਤ ਇੰਪੋਰਟੈਂਟ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਬੁਲਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਤਾਂ ਕਿ ਆਪਾਂ ਨੂੰ ਪਤਾ ਲੱਗੇ ਵੀ ਉਹਦੇ ਕੀ ਕਾਰਨ ਹੈ, ਬੰਦਾ ਨਸ਼ੇ ਕਿਉਂ ਕਰਦਾ, ਕਿਉਂ ਆ, ਕਈ ਵਾਰੀ ਫੈਮਿਲੀ ਟੈਂਸ਼ਨ ਵੀ ਕਾਰਨ ਹੁੰਦੀ ਹੈ ਉਹਦੇ ਨਾਲ, ਜਾਂ ਕੋਈ ਹੋਰ ਕੋਈ ਸਟ੍ਰੈਸ ਹੁੰਦਾ, ਕੋਈ ਇਕਨੋਮਿਕ ਡਿਸਟ੍ਰੈਸ ਹੁੰਦਾ ਜਾਂ ਕੋਈ ਹੋਰ ਹੁੰਦਾ, ਉਹਦਾ ਕਾਰਨ ਲੱਭਣਾ, ਫਿਰ ਉਹਦੀ ਰੀਹੈਬਲੀਟੇਸ਼ਨ ਕਰਨਾ ਵੀ ਉਹਨੂੰ ਕੋਈ ਨਾ ਕੋਈ ਕੰਮ ਸਿਖਾ ਦਿਓ ਅਤੇ ਉਹਨੂੰ ਕੋਈ ਨਾ ਕੋਈ ਕੰਮ ਲਗਾ ਦਿਓ, ਕੋਈ ਲੋਨ ਦੇ ਦਿਓ, ਮਤਲਬ ਉਹਨੂੰ ਦੇ ਕੇ ਕੋਈ ਕਲਬ, ਜਿਵੇਂ ਇਹਨਾਂ ਨੇ ਮੈਨੂੰ ਦੱਸਿਆ ਵੀ ਕੁਛ ਬੰਦੇ ਡੇਅਰੀ ਸ਼ੁਰੂ ਕਰਨਾ ਚਾਹੁੰਦੇ ਆ, ਉਹਨਾਂ ਨੂੰ ਡੇਅਰੀ ਸ਼ੁਰੂ ਕਰਾ ਦਿਓ, ਕੋਈ ਬੰਦਾ ਦੁਕਾਨ ਬਣਾਉਣਾ ਚਾਹੁੰਦਾ, ਕੋਈ ਕਰਿਆਨਾ ਸ਼ੋਪ ਖੋਲ੍ਹਣਾ ਚਾਹੁੰਦਾ, ਕੋਈ ਮਤਲਬ ਵੈਜੀਟੇਬਲ ਵੈਂਡਰ ਬਣ ਜਾਏਗਾ, ਕੋਈ ਆਪਣਾ ਜਿਹੜਾ ਹੈਗਾ ਕੋਈ ਟਰੈਕਟਰ ਮਕੈਨਿਕ ਜਾਂ ਕੋਈ ਕੋਈ ਰਿਪੇਅਰ ਦੀ ਮੋਬਾਈਲ ਰਿਪੇਅਰ ਦੀ ਸ਼ੋਪ, ਜੋ ਵੀ ਬੰਦੇ ਦਾ ਇੰਟਰਸਟ ਹੋਵੇ, ਜਿਹੜਾ ਉਹਦਾ ਏਰੀਆ ਆਪਣਾ ਇੰਟਰਸਟ ਹੋਵੇ, ਉਹਨੂੰ ਉਸ ਤਰ੍ਹਾਂ ਦਾ ਕੰਮ ਸਿਖਾ ਕੇ ਫਿਰ ਉਹਨੂੰ ਗਵਰਨਮੈਂਟ ਵੱਲੋਂ ਫੈਸਿਲੀਟੇਟ ਕਰਕੇ ਕੋਈ ਨਾ ਕੋਈ ਲੋਨ ਦਵਾ ਕੇ ਉਹਦਾ ਕੰਮ ਸ਼ੁਰੂ ਕਰਾ ਦਿੱਤਾ ਜਾਵੇ। ਸੋ ਇਹ ਅਸੀਂ ਮਤਲਬ ਇਹ ਬੜੀ ਜਟਲ ਸਮੱਸਿਆ ਹੈਗੀ ਜਿਹਦੇ ਨੂੰ ਕਰ ਰਹੇ ਹਾਂ। ਜਿਹੜੇ ਜਿਹੜਾ ਸਾਡਾ ਸਿਹਤ ਮਹਿਕਮੇ ਦਾ ਕੰਮ ਹੈ ਉਹ ਹੈਗੇ ਦੋ, ਇੱਕ ਤਾਂ ਹਾਰਮ ਰਿਡਕਸ਼ਨ ਹੈ ਵੀ ਜਿਹੜੇ ਟੀਕੇ ਲਾਉਂਦੇ ਉਹਨੂੰ ਅਸੀਂ ਗੋਲੀਆਂ 'ਤੇ ਲੈ ਆਈਏ, ਪਹਿਲਾ ਕੰਮ ਹੈ ਸਾਡਾ, ਉਹਨੂੰ ਗੋਲੀਆਂ 'ਤੇ ਲਾਈਏ, ਬੰਦੇ ਬੱਚੇ ਮਰਨੇ ਬੰਦ ਹੋ ਜਾਣਗੇ, ਅਤੇ ਦੂਜੀ ਗੱਲ ਆ ਵੀ ਹੌਲੀ ਹੌਲੀ ਫਿਰ ਉਹਨਾਂ ਦਾ ਨਸ਼ਾ ਛੁਡਾਈਏ, ਡੀ ਐਡਿਕਸ਼ਨ ਕਰੀਏ। ਸੋ ਉਹਦੇ ਨਾਲ ਜਿਹੜਾ ਹੈਗਾ ਅਸੀਂ ਹਾਰਮ ਪਹਿਲਾ ਸਟੈਪ ਆ ਸਾਡਾ ਹਾਰਮ ਰਿਡਕਸ਼ਨ ਕਰਨਾ, ਅਤੇ ਦੂਜਾ ਕੰਮ ਆ ਸਾਡਾ ਡੀ ਐਡਿਕਸ਼ਨ ਕਰਨਾ, ਉਹਦੇ ਨਾਲ ਸਾਡੀ ਡਿਮਾਂਡ ਰਿਡਕਸ਼ਨ ਵੀ ਹੋਏਗੀ। ਜਦੋਂ ਅਸੀਂ ਡੀ ਐਡਿਕਸ਼ਨ ਕਰਾਂਗੇ ਨਾ ਉਹਦੇ ਨਾਲ ਡਿਮਾਂਡ ਨਹੀਂ ਹੋਏਗੀ, ਜੇ ਬੱਚੇ ਸਮਝ ਜਾਣਗੇ ਪੰਜਾਬ ਦੇ, ਜੇ ਸਾਡੇ ਜਿਹੜੇ ਸਾਰੇ ਲੋਕ ਸਾਡੇ ਪੱਤਰਕਾਰ ਭਰਾ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ, ਸਾਡਾ ਸੁਨੇਹਾ ਪਹੁੰਚਾਓਗੇ, ਜੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਹਮਲਾ ਮਾਰਨਗੇ ਕਿ ਪੰਜਾਬ ਚਿੱਟਾ ਲਗਾਉਣਾ ਬੱਚੇ ਬੰਦ ਕਰ ਦੇਣਗੇ ਤਾਂ ਵੇਚਣ ਵਾਲੇ ਵੀ ਹਟ ਜਾਣਗੇ। ਉਹ ਨਸ਼ਾ ਕਿੱਥੋਂ ਆ ਰਿਹਾ ਤੁਹਾਡਾ ਜੀ? ਗੁਜਰਾਤ ਤੋਂ ਆ ਰਿਹਾ, ਗੁਜਰਾਤ ਦੀ ਪੋਰਟ ਤੋਂ ਆ ਰਿਹਾ, ਮਹਾਰਾਸ਼ਟਰ ਦੀ ਪੋਰਟ ਤੋਂ ਆ ਰਿਹਾ, ਪੰਜਾਬ 'ਚ ਆ ਰਿਹਾ, ਕਿਉਂਕਿ ਡਿਮਾਂਡ ਹੈਗੀ ਹੈ। ਅਤੇ ਉਹ ਸਪਲਾਈ ਜਿਹੜੀ ਹੈਗੀ ਆ ਬਾਰਡਰ ਤੋਂ ਵੀ ਆ ਰਹੀ ਹੈ, ਆਪਣੇ ਦੋਖੇ ਆ ਵੀ ਆਪਣੀਆਂ ਜਿਹੜੀਆਂ ਸਟੇਟਸ ਆ ਉਹਦੇ ਵਿੱਚੋਂ ਆ ਰਹੀ ਹੈ। ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਉਹਨਾਂ ਨੂੰ ਕੰਟਰੋਲ ਕਰੋ, ਤੁਹਾਡੀਆਂ ਆਪਣੀਆਂ ਸਟੇਟਸ ਆ, ਤੁਹਾਡੇ ਕੋਲ ਸਾਰਾ ਇੰਫਰਾਸਟ੍ਰਕਚਰ ਹੈ। ਨਸ਼ਾ ਜੇ ਤੁਸੀਂ ਚਿੱਟਾ ਨਹੀਂ ਆਊਗਾ ਤਾਂ ਨਹੀਂ ਵਿਕੂਗਾ, ਲੋਕ ਛੋਟਾ ਮੋਟਾ ਕਰਕੇ ਗੁਜ਼ਾਰਾ ਕਰਨਗੇ, ਮਰਨੇ ਵਾਲੇ ਬੰਦ ਹੋ ਜਾਣਗੇ, ਲੇਕਿਨ ਜਿੰਨੀ ਦੇਰ ਤੁਸੀਂ ਚਿੱਟੇ ਦੀ ਸਪਲਾਈ ਬੰਦ ਨਹੀਂ ਕਰੋਗੇ ਉਹ ਸੈਂਟਰ ਨੇ ਕਰਨੀ, ਸੈਂਟਰ ਦੇ ਕੰਟਰੋਲ 'ਚ ਆ ਸਾਰਾ ਬਾਰਡਰ ਵੀ ਔਰ ਜਿਹੜਾ ਇੰਟਰ ਸਟੇਟ ਬਾਰਡਰ ਹੈ ਉਹ ਵੀ,
ਅਤੇ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਲੱਗੀ ਹੋਈ ਆ ਪੂਰੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਆ, ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਬਹੁਤ ਸੰਜੀਦਾ ਇਹਦੇ ਬਾਰੇ, ਅਸੀਂ ਸਾਰੇ ਲੱਗੇ ਹੋਏ ਹਾਂ ਜੀ। ਸੋ ਮੇਰਾ ਜਿਹੜਾ ਕੰਮ ਹੈ ਉਹ ਹਾਰਮ ਰਿਡਕਸ਼ਨ, ਡੀ ਅਡਿਕਸ਼ਨ ਔਰ ਜਿਹੜਾ ਹੈਗਾ ਡਿਮਾਂਡ ਰਿਡਕਸ਼ਨ ਹੈ, ਅਤੇ ਮੈਂ ਉਹਦੇ 'ਤੇ ਕੰਮ ਕਰ ਰਿਹਾ ਲੋਕਾਂ ਦੀ ਡੀ ਅਡਿਕਸ਼ਨ ਕਰਕੇ ਉਹਨਾਂ ਦੀ ਰੀਹੈਬਲੀਟੇਸ਼ਨ ਵਾਸਤੇ। ਅਸੀਂ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਕਿੱਲ ਡਿਵੈਲਪਮੈਂਟ ਕਰ ਰਹੇ ਹਾਂ ਉਹਨਾਂ ਦੀ ਰੀਹੈਬਲੀਟੇਸ਼ਨ ਵਾਸਤੇ, ਕੋਈ ਨਾ ਕੋਈ ਉਹਨਾਂ ਨੂੰ ਕੰਮ ਧੰਦੇ ਸ਼ੁਰੂ ਕਰਾਂਗੇ। ਸਰ ਤੁਸੀਂ ਇਹਨਾਂ ਨੂੰ ਮਿਲੇ ਹੋ ਜਿਹੜੇ ਬੰਦੇ ਨਸ਼ਾ? ਮੈਂ ਐਡਮਿਨਿਸਟ੍ਰੇਸ਼ਨ ਨੂੰ ਨਾਲ ਲੈ ਕੇ ਹੀ ਕਰ ਰਿਹਾ ਸਾਰਾ, ਮੈਂ ਉਹਨਾਂ ਨੂੰ ਉਹਨਾਂ ਦੇ ਰੂਬਰੂ ਕਰਤਾ। ਸੋ ਪ੍ਰੋਬਲਮ ਹੈ, ਪ੍ਰੋਬਲਮ ਰਜਿਸਟ ਕਰਦੀ ਹੈ, ਅਸੀਂ ਉਹਨੂੰ ਓਵਰਕਮ ਕਰਨਾ। ਬੜੀ ਜਨਰਲ ਸਮੱਸਿਆ ਸੀ ਹਿਊਮਨ ਬਿਹੇਵੀਅਰ ਦੇ ਨਾਲ ਔਰ ਬਹੁਤ ਸਾਰੇ ਜਿਹੜੇ ਇਕਨੋਮਿਕ ਡਿਸਟ੍ਰੈਸ ਦੇ ਨਾਲ, ਇਲੀਟਰੇਸੀ ਦੇ ਨਾਲ ਔਰ ਸੋਸ਼ਲ ਜਿਹੜੇ ਆਪਣੇ ਫੈਕਟਰ ਉਹਦੇ ਨਾਲ ਜੁੜੀ ਹੋਈ ਹੈ। ਹੁਣ ਦੀ ਸਮੱਸਿਆ ਨਹੀਂ ਹੈ ਜੀ, ਬਹੁਤ ਪੁਰਾਣੀ ਸਮੱਸਿਆ ਅਸੀਂ ਇਨਹੈਰਿਟ ਕੀਤੀ ਆ, ਬਟ ਅਸੀਂ ਆਊਟ ਆਫ ਬਾਕਸ ਸਲਿਊਸ਼ਨ ਜਿਹੜੇ ਹੈਗੇ ਆ ਉਹ ਮਾਨ ਸਰਕਾਰ ਲੈ ਕੇ ਆ ਰਹੀ ਹੈ। ਅਸੀਂ ਉਹਨੂੰ ਡੀਕ੍ਰਿਮੀਨਲਾਈਜ਼ ਕਰ ਰਹੇ ਹਾਂ ਵੀ ਜਿਹੜੇ ਬੰਦੇ ਕੋਲੋਂ ਕੰਜ਼ਪਸ਼ਨ ਕੁਆਂਟਿਟੀ ਆ ਉਹਨੂੰ ਜੇਲ੍ਹ ਭੇਜਣਾ ਨਹੀਂ, ਉਹਨੂੰ ਸਾਡੇ ਕੋਲ ਭੇਜੋ, ਅਸੀਂ ਉਹਦਾ ਇਲਾਜ ਕਰਾਂਗੇ। ਜਿਹੜੇ ਸਮਗਲਰ ਹੈ ਉਹਨਾਂ ਨੂੰ ਬਖਸ਼ਣਾ, ਉਹਨਾਂ ਦੀਆਂ ਤਾਂ ਪ੍ਰੋਪਰਟੀਆਂ ਵੀ ਜ਼ਬਤ ਹੋਣਗੀਆਂ ਔਰ ਉਹਨਾਂ ਨੂੰ ਜਿੰਨਾ ਵੀ ਲੈਣਾ। ਸਰ ਜਿਸ ਤਰੀਕੇ ਨਾਲ ਇਹਨਾਂ ਨੇ ਤੁਹਾਨੂੰ ਸੈਂਟਰ ਸਰ ਉੱਥੇ ਪਤਾ ਰਿਪੋਰਟ ਉਹਦਾ ਹੁੰਦਾ ਸਰ, ਸਰਾਊਂਡਿੰਗ ਕੀ ਹੁੰਦਾ ਵੀ ਉਸ ਏਰੀਏ ਨਾਲ ਜੀ ਇੰਨਾ ਕਰਾਊਡ ਹੋ ਜਾਂਦਾ ਬੰਦੇ, ਇਹ ਰੋਪੜ ਦੀ ਰਿਪੋਰਟ ਹੈ ਸਰ। ਦੇਖੋ ਜਿਹੜੇ ਬੰਦੇ ਨਸ਼ਾ ਕਰਦੇ ਆ ਨਾ ਜੀ, ਨੇਚਰਲੀ ਉਹ ਥੋੜ੍ਹਾ ਜਿਹਾ ਉਹਨਾਂ 'ਚ ਕੋਈ ਨਾ ਕੋਈ ਮਤਲਬ ਮੈਂਟਲ ਹੈਲਥ ਦਾ ਇਸ਼ੂ ਤਾਂ ਹੈ ਹੀ ਹੈ, ਮਾਨਸਿਕ ਤੌਰ 'ਤੇ ਦਿਮਾਗੀ ਤੌਰ 'ਤੇ ਉਹ ਸੰਤੁਲਨ ਤਾਂ ਨਹੀਂ ਹੈ ਬੰਦੇ, ਨਹੀਂ ਤਾਂ ਨਸ਼ਾ ਨਹੀਂ ਕਰਦਾ ਬੰਦਾ। ਉਹਦੇ 'ਚ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਜਿਵੇਂ 100 ਬੰਦਾ ਹੈ ਜੀ, ਜਿਹੜਾ ਸਪੋਜ਼ ਮੈਂ ਕਹਿੰਦਾ ਕੋਈ ਜਿਹੜੇ ਚਿੱਟਾ ਲੈਂਦੇ ਆ ਜੀ, ਉਹਨਾਂ ਨੂੰ ਅਸੀਂ ਪਹਿਲਾਂ ਗੋਲੀ ਤਾਂ ਲਾਉਂਦੇ ਹਾਂ ਫਿਰ ਗੋਲੀ ਛਡਾਉਂਦੇ ਹਾਂ। ਹੁਣ ਜਦੋਂ ਅਸੀਂ ਉਹਨੂੰ ਗੋਲੀ ਤਾਂ ਲਾਉਂਦੇ ਹਾਂ, ਉਹਦੇ 'ਚੋਂ ਹੋ ਸਕਦਾ 1 ਜਾਂ 2 ਜਾਂ 3 ਬੰਦੇ ਹੋਣਗੇ, ਮਾੜੇ ਬੰਦੇ ਹਰ ਪੀਰੀਅਡ ਚੱਲਦੇ ਆ ਜੀ, ਮਾੜੇ ਤੁਹਾਨੂੰ ਮੇਰਾ ਪ੍ਰੋਫੈਸ਼ਨ ਡਾਕਟਰ ਹੈ, ਡਾਕਟਰ ਵੀ ਮਿਲ ਜਾਣਗੇ ਜਿਹੜੇ ਹਸਪਤਾਲ 'ਚ ਪੇਸ਼ੈਂਟ ਬਾਹਰ ਜਾ ਕੇ ਪੇਸ਼ੈਂਟ ਕਰਦੇ ਹੋਣਗੇ, ਮਾੜੇ ਤੁਹਾਨੂੰ ਨਰਸਸ ਵਿੱਚ ਵੀ ਮਿਲ ਜਾਣਗੇ, ਤੁਸਾਂ ਤਾਂ ਕਰੀਓ 1-2 ਜਰਨਲਿਸਟ ਵੀ ਤੁਹਾਨੂੰ ਮਾੜੇ ਮਿਲ ਜਾਣਗੇ ਜਿਹੜੇ ਮਤਲਬ ਐਥੀਕਲ ਨਹੀਂ ਕੰਮ ਕਰਦੇ। ਸੋ ਇਹ ਆਪਾਂ ਉਹਨੂੰ ਨਾ ਮਤਲਬ ਇਹ ਨਾ ਸੋਚੀਏ, ਆਪਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕੰਮ ਨਾ ਕਰੀਏ। ਸੋ ਆਪਾਂ ਕੰਮ ਕਰਾਂਗੇ ਜੀ। ਆਪਾਂ ਮੇਰੇ ਤਾਂ ਰਿਕੁਐਸਟ ਹੈ ਵੀ ਉਸ ਡੀਡਿਕਸ਼ਨ ਸੈਂਟਰ ਚੈੱਕ ਕਿਉਂ ਕੀਤਾ ਜਾਂਦਾ ਸਰ, ਉਹਦਾ ਰਿਕਾਰਡ ਤਾਂ ਨਹੀਂ ਕਰਦਾ ਰਿਹਾ ਜੀ? ਮੈਂ ਖੁਦ ਜਾ ਕੇ ਕਰ ਰਿਹਾ ਜੀ, ਰੈਗੂਲਰਲੀ ਮੋਨੀਟਰਿੰਗ ਕਰ ਰਹੇ ਹਾਂ, ਡੇਲੀ ਇਹਨਾਂ ਦੀ ਰਿਪੋਰਟ ਜਾਂਦੀ ਹੈ ਸਾਡੇ ਕੋਲ। ਤੁਸੀਂ ਇਹ ਨਾ ਕਰੋ ਵੀ ਨਹੀਂ ਕਰਦੇ, ਬਿਲਕੁਲ ਰੈਗੂਲਰਲੀ ਕਰਦੇ ਹਾਂ ਜੀ, ਬਿਲਕੁਲ ਸਟ੍ਰਿਕਟਲੀ ਮੋਨੀਟਰ ਕਰਦੇ ਹਾਂ। ਮੈਂ ਤਾਂ ਇਹਦੇ ਬਾਰੇ ਮਤਲਬ ਪੈਸ਼ਨੇਟ ਹਾਂ ਜੀ ਕਿ ਮੈਂ ਇਹ ਕੰਮ ਕਰਨਾ ਮੈਂ ਪੰਜਾਬ ਵਾਸਤੇ। ਮੈਂ ਇਸੇ ਕਰਕੇ ਮੇਰਾ ਪੋਲਿਟਿਕਸ ਜਾਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਮੈਂ ਪੰਜਾਬ ਨੂੰ ਨਸ਼ਿਆਂ ਤੋਂ ਜਿਹੜੇ ਯੂਥ ਨੂੰ ਹੈ ਉਹਨੂੰ ਬਚਾਉਣਾ। ਆਮ ਵੈਰੀ ਪੈਸ਼ਨੇਟ ਅਬਾਊਟ ਇਟ ਕਿ ਇੱਦਾਂ ਨਾ ਤੁਸੀਂ ਸੋਚੋ ਕਿ ਅਸੀਂ ਨਹੀਂ ਕਰਦੇ। ਸਰ ਤੁਸੀਂ ਲੱਗੇ ਹੋਏ ਹੋ ਨਸ਼ਿਆਂ ਨੂੰ ਬਚਾਉਣ ਦੇ ਵਿੱਚ, ਪਰ ਇਹਨਾਂ ਲੋਕਾਂ ਨੇ ਦੱਸੇ ਨੇ ਜਿਸ ਤਰੀਕੇ ਨਾਲ, ਉਹਨਾਂ ਨੇ ਤੁਹਾਨੂੰ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਤੇ ਜਿਹੜਾ ਨਸ਼ਾ ਆਮ ਤੌਰ ਦੇ ਉੱਤੇ ਜਿਹੜਾ ਘਰਾਂ ਤੱਕ ਜਿਹੜਾ ਪਹੁੰਚ ਰਿਹਾ ਹੈ ਔਰ ਬੜੀ ਸੌਖੀ ਸਪਲਾਈ ਜਿਹੜੀ ਹੋ ਰਹੀ ਹੈ, ਸਰ ਉਹ ਕਿਉਂ ਨਹੀਂ ਇਹ ਜਿਹੜੀ ਚੇਨ ਦੇ ਉੱਤੇ ਕੰਮ ਹੋ ਪਾ ਰਿਹਾ? ਮੈਂ ਤੁਹਾਨੂੰ ਦੱਸਿਆ ਵੀ ਇੱਕ ਤਾਂ ਜਿਹੜਾ ਪੰਜਾਬ ਹੈ ਨਾ ਜੀ, ਚਾਹੇ ਇੰਟਰਨੈਸ਼ਨਲ ਬਾਰਡਰ ਚਾਹੇ ਇੰਟਰਸਟੇਟ ਬਾਰਡਰ ਹੈ, ਪੰਜਾਬ ਇਜ਼ ਬੀਇੰਗ ਫਲੱਡਡ। ਉੱਥੇ ਮਤਲਬ ਜਿਹੜੇ ਨਸ਼ੇ ਆ ਬੜੀ ਲਾਰਜ ਸਕੇਲ 'ਤੇ ਸੁੱਟੇ ਜਾ ਰਹੇ। ਮੈਂ ਫਿਰ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਔਰ ਪੰਜਾਬ ਸਰਕਾਰ ਜਿਹੜੀ ਸਰਕਾਰ ਹੈ ਸੰਜੀਦਾ, ਪੰਜਾਬ ਪੁਲਿਸ ਵੀ ਲੱਗੀ ਹੋਈ ਆ, ਜਿਵੇਂ ਮੈਂ 2-4% ਦੀ ਗੱਲ ਕੀਤੀ ਆ, ਪੁਲਿਸ ਵਾਲੇ ਵੀ ਹੋਣਗੇ ਜੀ 2-4%। ਦੇਖੋ ਉਹਦੇ ਵਿੱਚ ਕੀ ਆ ਕਿ ਆਪਾਂ ਨਾ ਇੱਕ ਸਮੱਸਿਆ ਹੈਗੀ ਆ ਜਿਹੜੀ ਕਿ ਬੜੀ ਪੁਰਾਣੀ ਸਮੱਸਿਆ ਜੀ, ਜਦੋਂ ਬਿਮਾਰੀ ਕੋਈ ਕਰੋਨਿਕ ਹੋ ਜਾਂਦੀ ਹੈ ਨਾ ਜੀ, ਉਹ ਤੁਹਾਨੂੰ ਲੱਗਦਾ ਵੀ ਇਹਨੂੰ ਕੋਈ ਫਰਕ ਨਹੀਂ ਪੈ ਰਿਹਾ, ਮੋੜ ਨਹੀਂ ਪੈ ਰਿਹਾ ਜੀ, ਪਰ ਜਦੋਂ ਦਵਾਈ ਆਪਾਂ ਕਰਦੇ ਹਾਂ ਉਹਦੀ ਕੋਈ ਇਲਾਜ ਕਰਦੇ ਹਾਂ, ਫਿਰ ਉਹਦਾ ਹੌਲੀ ਹੌਲੀ 1-2 ਮਹੀਨੇ ਬਾਅਦ 6 ਮਹੀਨੇ ਬਾਅਦ ਕਈ ਵਾਰੀ ਸਾਲ ਬਾਅਦ ਉਹ ਦਵਾਈ ਦਾ ਅਸਰ ਆਉਣ ਲੱਗਦਾ ਜੀ ਉਹਦਾ। ਮਤਲਬ ਤੁਹਾਨੂੰ ਜਿਹੜੇ ਅਸੀਂ ਐਫਰਟ ਕਰ ਰਹੇ ਹਾਂ ਇਹ ਵਿਅਰਥ ਨਹੀਂ ਜਾਣਗੇ। ਮੈਂ ਸਿਰਫ ਅਤੇ ਸਿਰਫ ਤੁਹਾਡੇ ਥਰੂ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਅੱਗੇ ਆਓ, ਆਪਣੇ ਬੱਚਿਆਂ ਨੂੰ ਜਿਹੜਾ ਬੱਚਾ ਨਸ਼ਾ ਕਰਦਾ ਸਾਡੇ ਕੋਲ ਆਓ, ਅਸੀਂ ਉਹਨੂੰ ਨਸ਼ਾ ਛਡਾ ਕੇ ਉਹਨੂੰ ਚੰਗਾ ਇਨਸਾਨ ਬਣਨ ਦੇ ਵਿੱਚ ਕੋਈ ਨਾ ਕੋਈ ਕੰਮ ਸਿਖਾ ਕੇ, ਕੰਮ ਸ਼ੁਰੂ ਕਰਾ ਕੇ ਅਸੀਂ ਉਸ ਪਾਸੇ ਨੂੰ ਲੈ ਕੇ ਤੁਰਨਾ ਚਾਹੁੰਦੇ ਹਾਂ। ਇਹਦੇ ਵਾਸਤੇ ਇਸ ਵੇਲੇ ਲੋੜ ਹੈ ਕਿ ਸਾਰੇ NGOs, ਸਾਰੇ ਜਿੰਨੇ ਵੀ ਆਪਣੇ ਪੰਜਾਬ ਨੂੰ, ਦੇਸ਼ ਨੂੰ ਪਿਆਰ ਕਰਨ ਵਾਲੇ ਜਿਹੜੇ ਹੈਗੇ ਆ, ਸਾਰੇ ਇਨਸਾਨ, ਪੱਤਰਕਾਰ ਵੀ ਅਤੇ ਦੂਜੇ ਵੀ, ਸਾਰੇ ਅੱਗੇ ਆਓ। ਆਪਾਂ ਪੰਜਾਬ ਨੂੰ ਜੇ ਨਸ਼ਾ ਮੁਕਤ ਕਰਾਂਗੇ ਤਾਂ ਉਹ ਕ੍ਰਾਈਮ ਨਾਲ ਸੰਬੰਧ ਹੈ ਜੀ, ਇਹਦਾ ਕ੍ਰਾਈਮ ਮੁਕਤ ਵੀ ਤਾਂ ਹੀ ਹੋਏਗਾ ਜਦੋਂ ਨਸ਼ਾ ਮੁਕਤ ਹੋਏਗਾ। ਸਰ ਪੰਜਾਬ ਆਪਾਂ ਹਮਲਾ ਮਾਰੀਏ, ਆਪਾਂ ਪੋਸਟ